ਦਾ ਅੱਜ ਬੈਠ ਗਿਆ ਹੈ ਚੌਂਕੜਾ ਮਾਰ। ਵੇਖੋ ਚੰਨ ਕੁਰਬਾਨੀ ਦਾ ਅੱਜ ਬੈਠ ਗਿਆ ਹੈ ਚੌਂਕੜਾ ਮਾਰ। ਚੰਦੂ ਤੇ ਬਣਿਆ ਹੱਥ ਟੋਕਾ, ਜਹਾਂਗੀਰ ਪਿਆ ਤਾਰ ਹਿਲਾਵੇ। ਜਿਵੇਂ ਨਚਾਵੇ ਨੱਚੇ ਪਿਆ, ਕਰੇ ਉਸ ਤਰ੍ਹਾਂ ਜਿਵੇਂ ਕਰਾਵੇ। ਜੇਠ ਮਹੀਨਾ ਲੋ ਪਈ ਵਗਦੀ, ਤੱਤੀ ਰੇਤ ਸੀਸ ਤੇ ਪਾਵੇ। ਜੇਠ ਮਹੀਨਾ ਲੋ ਪਈ ਵਗਦੀ, ਤੱਤੀ ਰੇਤ ਸੀਸ ਤੇ ਪਾਵੇ। ਹੁੰਦਾ ਵੇਖ ਕੇ ਕਹਿਰ ਇੱਕ ਭਾਰਾ, ਮੱਚ ਗਈ ਸਾਰੇ ਹਾਹਾਕਾਰ। ਤੱਤੀ ਲੋ ਪੱਖ ਦੇ ਅੰਗਿਆਰ, ਗਰਮੀ ਦਾ ਨਹੀਂ ਅੰਤ ਸ਼ੁਮਾਰ। ਮੀਆਂ ਮੀਰ ਫਕੀਰ ਜਾ ਸੁਣਿਆ, ਕਿ ਠੀਠਾ ਇੱਕ ਲੋ ਹੈ ਤਪਦੀ। ਉਸ ਤੇ ਸਤਿਗੁਰ ਚੌਂਕੜਾ ਲਾਇਆ, ਹੱਥ ਜੋੜ ਕੇ ਕਰੇ ਬੇਨਤੀ। ਦੱਸੋ ਏ ਕਿ ਚੱਜ ਰਚਾਇਆ, ਭੜਕ ਪਏ ਉਹਦੇ ਦਿਲ ਵਿੱਚ ਭਾਂਬੜ। ਅੱਖੀਆਂ ਵਿੱਚੋਂ ਵਗ ਪਿਆ ਪਿਆਰ, ਤੱਤੀ ਲੋ ਪੱਖ ਦੇ ਅੰਗਿਆਰ। ਗਰਮੀ ਦਾ ਨਹੀਂ ਅੰਤ ਸ਼ੁਮਾਰ, ਉਛਲੇ ਪਿਆ ਕਿਰਪਾ ਦਾ ਸਾਗਰ। ਸਾਈ ਨੂੰ ਇਹ ਆਖ ਸੁਣਾਇਆ, ਨੀ ਕੁਰਬਾਨੀ ਦੀ ਰੱਖਣ ਲਈ ਤਨ ਆਪਣੇ ਤੇ ਕਸ਼ਟ ਉਠਾਇਆ। ਵੇਖ ਕੇ ਕਹੇ ਤਨ ਤੇ ਜੋ ਛਾਲੇ, ਇਹ ਮੈਂ ਨਵਾਂ ਪੁਸ਼ਾਕਾ ਪਾਇਆ। ਤੇਰਾ ਪਾਣਾ ਮੀਠਾ ਲਾਗੇ, ਐਦਾਂ ਮੁਖ ਤੋਂ ਕਿਹਾ ਉਚਾਰ। ਤੱਤੀ ਲੋ ਪੱਖ ਦੇ ਅੰਗਿਆਰ, ਗਰਮੀ ਦਾ ਨਹੀਂ ਅੰਤ ਸ਼ੁਮਾਰ। ਦੇ ਕੇ ਮੈਂ ਆਪਣੀ ਕੁਰਬਾਨੀ, ਮੋਈ ਕੌਮ ਵਿੱਚ ਜਾਨ ਹੈ ਪਾਣੀ। ਦੇ ਕੇ ਮੈਂ ਆਪਣੀ ਕੁਰਬਾਨੀ, ਮੋਈ ਕੌਮ ਵਿੱਚ ਜਾਨ ਹੈ ਪਾਣੀ। ਹੋਵੇਗੀ ਕੌਮ ਇੱਕ ਪੈਦਾ, ਜਿਸਨੇ ਜਿੰਦੜੀ ਘੋਲ ਕੁਮਾਣੀ। ਬਲ ਹੋ ਕੇ ਨਿਰਬਲ ਮੈਂ ਰਹਿਣਾ, ਬਲ ਹੋ ਕੇ ਨਿਰਬਲ ਮੈਂ ਰਹਿਣਾ। ਮਰ ਜਾਵਣ ਦੀ ਜਾਚ ਸਿਖਾਣੀ, ਬੰਦ ਬੰਦ ਕੱਟਣ ਖੋਪਰ ਲਾਵਣ। ਸੀ ਨਾ ਕਹਿਣ ਮੂੰਹੋਂ ਇੱਕ ਵਾਰ, ਤੱਤੀ ਲੋ ਪੱਖ ਦੇ ਅੰਗਿਆਰ। ਗਰਮੀ ਦਾ ਨਹੀਂ ਅੰਤ ਸ਼ੁਮਾਰ, ਸ਼ਾਂਤਮਈ ਦਾ ਜਜ਼ਬਾ ਮੇਰਾ। ਫੂਕ ਦੇਵੇਗਾ ਜ਼ੁਲਮ ਇਹ ਸਾਰਾ, ਸ਼ਾਂਤਮਈ ਦਾ ਜਜ਼ਬਾ ਮੇਰਾ। ਫੂਕ ਦੇਵੇਗਾ ਜ਼ੁਲਮ ਇਹ ਸਾਰਾ, ਨਿਰਛਲ ਬਲ ਦੀਆਂ ਲਾਟਾਂ ਵਿੱਚੋਂ ਭੜਕੇਗਾ ਭਾਂਬੜ ਇੱਕ ਪਾਰਾ। ਤਪਦੀ ਤਵੀ ਦਾ ਲੋਹਾ ਜਿਹੜਾ, ਬਣ ਜਾਏਗਾ ਖੰਡਾ ਦੁਦਾਰਾ। ਗਲ ਵਿੱਚ ਮੀਰੀਆਂ ਪੀਰੀਆਂ ਪਾ ਕੇ ਆਵੇਗਾ ਛੇਵਾਂ ਅਵਤਾਰ। ਤੱਤੀ ਲੋ ਪੱਖ ਦੇ ਅੰਗਿਆਰ, ਗਰਮੀ ਦਾ ਨਹੀਂ ਅੰਤ ਸ਼ੁਮਾਰ। ਵੇਖੋ ਚੰਨ ਕੁਰਬਾਨੀ ਦਾ ਅੱਜ ਬੈਠ ਗਿਆ ਹੈ ਚੌਂਕੜਾ ਮਾਰ, ਬੈਠ ਗਿਆ ਹੈ ਚੌਂਕੜਾ ਮਾਰ, ਬੈਠ ਗਿਆ ਹੈ ਚੌਂਕੜਾ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਬੋਲੇ ਸੋਨਿਹਾਲ। ਮੈਂ ਹੈਰਾਨ ਹਾਂ ਕਿ ਇੰਨੇ ਛੋਟੇ ਬੱਚੇ ਇੰਨਾ ਵਧੀਆ ਜਦੋਂ ਪਰਫੋਰਮ ਕਰਦੇ ਹਨ ਤਾਂ ਅਸੀਂ ਆਪਣੇ ਆਪ 'ਤੇ ਕਈ ਵਾਰੀ ਸ਼ਰਮ ਆ ਜਾਂਦੀ ਹੈ ਕਿ ਜਦੋਂ ਅਸੀਂ ਛੋਟੇ ਸਾਂ ਤਾਂ ਅਸੀਂ ਕਿਹੜੀ ਜਗ੍ਹਾ ਖੜ੍ਹੇ ਸਾਂ। ਅਤੇ ਇਸ ਬੱਚੇ ਨੂੰ ਸਨਮਾਨ ਕਰਨ ਲਈ ਮੈਂ ਗੁਰਦੁਆਰਾ ਕਮੇਟੀ ਦੇ ਜੋ ਮੈਂਬਰ ਹਨ ਭਾਈ ਗੁਰਪਾਲ ਸਿੰਘ ਜੀ ਨੂੰ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਅੱਗੇ ਆਉਣ ਜੀ, ਤਾਂ ਜੋ ਬੱਚੀ ਨੂੰ ਸਨਮਾਨ ਕੀਤਾ ਜਾਵੇ ਜੀ। ਇਸ ਦੇ ਵਿੱਚ ਅਸੀਂ ਅਜੇ ਨਾਮ ਪੂਰੇ ਨਹੀਂ ਲਿਖੇ, ਕਈ ਵਾਰੀ ਨਾਮ ਲਿਖਦੇ ਵੇਲੇ ਗਲਤੀ ਹੋ ਜਾਂਦੀ ਹੈ ਅਤੇ ਬੱਚੇ ਆਪਣੇ ਟੀਚਰ ਤੋਂ ਨਾਮ ਲਿਖਾ ਲੈਂਦੇ। ਬੋਲੇ ਸੋਨਿਹਾਲ।